13 ਸਾਲ ਦੀ ਮਾਸੂਮ ਬੱਚੀ ਦੇ ਕਤਲ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ। ਦਰਅਸਲ ਹੁਣ ਮਾਸੂਮ ਬੱਚੀ ਦਾ ਪਿਤਾ ਕੈਮਰੇ ਦੇ ਸਾਹਮਣੇ ਆਇਆ, ਜਿਸ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ। ਉਸਨੇ ਕਿਹਾ ਕਿ ਮੇਰੀ ਬੱਚੀ ਦਾ ਕਤਲ ਨਹੀਂ ਕੀਤਾ ਗਿਆ, ਬਲਕਿ ਉਸਦੇ ਸੱਪ ਲੜ ਗਿਆ ਸੀ, ਜਿਸ ਕਰਕੇ ਉਸਦੀ ਧੀ ਦੀ ਮੌਤ ਹੋਈ ਔਰ ਪਿੰਡ ਵਾਸੀਆਂ ਦੀ ਮੌਜੂਦਗੀ ਦੇ ਵਿੱਚ ਉਸਦੀ ਧੀ ਦਾ ਸੰਸਕਾਰ ਕੀਤਾ। ਇਸ ਮੌਕੇ ਉਹਨਾਂ ਨੇ ਪੁਲਿਸ ਤੇ ਵੀ ਗੰਭੀਰ ਇਲਜ਼ਾਮ ਲਾਏ ਨੇ। ਦਰਅਸਲ ਕੱਲ ਇਹ ਖਬਰ ਸਾਹਮਣੇ ਆਈ ਸੀ ਕਿ ਫੌਜ ਦੇ ਵਿੱਚ ਨੌਕਰੀ ਕਰਦੇ ਜਵਾਨ ਦੀ ਪਤਨੀ ਨੇ ਆਪਣੇ ਜੇਠ ਦੇ ਨਾਲ ਮਿਲ ਕੇ ਆਪਣੀ ਹੀ ਧੀ ਦਾ ਕਤਲ ਕੀਤਾ। ਤਾਂ ਹੁਣ ਉਹ ਫੌਜ ਦਾ ਜਵਾਨ ਸਾਹਮਣੇ ਆਇਆ, ਜਿਸ ਨੇ ਕਿਹਾ ਕਿ ਮੈਨੂੰ ਮੇਰੀ ਪਤਨੀ 'ਤੇ ਪੂਰਾ ਭਰੋਸਾ ਹੈ ਔਰ ਜਿਸ ਜੇਠ ਦੀ ਗੱਲ ਕਰਦੇ ਨੇ ਉਹ ਮੇਰੇ ਬਾਪ ਵਰਗਾ ਹੈ। ਤਾਂ ਲਗਾਤਾਰ ਇਲਜ਼ਾਮ ਨੇ ਜਿਹੜੇ ਬੱਚੀ ਦੀ ਮਾਂ 'ਤੇ ਲਗਾਏ ਗਏ ਸੀ ਕਿ ਉਸਨੇ ਆਪਣੇ ਪ੍ਰੇਮੀ ਜੇਠ ਦੇ ਨਾਲ ਮਿਲ ਕੇ ਆਪਣੀ ਧੀ ਦਾ ਕਤਲ ਕੀਤਾ ਸੀ। ਪਰ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਕਿ ਮਾਸੂਮ ਬੱਚੀ ਦਾ ਕਤਲ ਨਹੀਂ, ਸਗੋਂ ਉਸਨੂੰ ਸੱਪ ਨੇ ਡੱਸ ਲਿਆ ਸੀ, ਜਿਸ ਕਰਕੇ ਉਸਦੀ ਮੌਤ ਹੋਈ। ਮੋਹਾਲੀ ਦੇ ਪਿੰਡ ਸ਼ਾਮਪੁਰ ਦਾ ਇਹ ਪੂਰਾ ਮਾਮਲਾ ਸੀ। ਜਿਹੜੇ ਆਰੋਪ ਲੱਗ ਰਹੇ ਨੇ ਤੁਹਾਡੀ ਪਤਨੀ 'ਤੇ ਜਾਂ ਜੇਠ 'ਤੇ, ਉਹਨਾਂ ਬਾਰੇ ਤੁਸੀਂ ਕੀ ਕਹੋਗੇ? ਗਲਤ ਹੈ, ਮੇਰਾ ਵੱਡਾ ਭਰਾ ਮੇਰੇ ਬਾਪ ਵਰਗਾ ਜੀ, ਘਰ ਦੇ ਮੈਨੂੰ ਪਤਾ ਹੀ ਆ, ਠੀਕ ਹੈ, ਪਵਿੱਤਰ ਹੈ ਜੀ ਉਹ, ਇੱਦਾਂ ਦੀ ਕੋਈ ਗੱਲ ਨਹੀਂ, ਇਹ ਰੋਗ ਸਰਸਰ ਗਲਤ ਹੈ ਸਰ। ਇਸ ਤੋਂ ਇਲਾਵਾ ਕੀ ਮਾਮਲਾ ਕੀ ਸੀਗਾ, ਥੋੜਾ ਜਿਹਾ ਦੱਸੋਗੇ ਕਿ ਵਾਕਈ ਕੋਈ ਮਤਲਬ ਬੱਚੀ ਨੂੰ ਮਾਰਿਆ ਗਿਆ ਜਾਂ ਫਿਰ ਬੱਚੀ ਨੂੰ ਸੱਪ ਲੜਿਆ ਸੀ? ਸੱਪ ਲੜਿਆ ਜੀ ਬੱਚੀ ਦਾ, ਸੱਪ ਲੜਿਆ ਜੀ, ਇਧਰੋਂ ਸਾਡੇ ਪਿੰਡ ਗਏ ਹੈ ਜੀ, ਸੰਸਕਾਰ ਸੰਸਕਾਰ ਕਰਵਾ ਸਾਡੇ ਸਾਹਮਣੇ, ਸੰਸਕਾਰ ਰਾਂਚੇ ਸਾਹਮਣੇ ਹੀ ਬੱਚੀ ਬੱਚੀ ਹਾਂ, ਬੱਚੀ ਇਹ ਬੰਦਾ ਸੰਸਕਾਰ ਵਾਸਤੇ ਮੈਂ ਗਿਆ ਸੀਗਾ, ਹਾਂ, ਇਹ ਤਾਂ ਮੇਰੇ ਬਾਪ ਕੋਲ ਕੁੜੀ ਦੇ ਬਾਪ ਉਹ ਤੇ ਮੈਂ ਬਰਾਬਰ ਹੀ ਹੈ ਜੀ, ਘਰ ਦੇ ਮੈਂ ਤੇ ਲੇਟ ਹੋਊਂਗਾ ਜੀ, ਹਾਂ ਇੰਨੀ ਚੰਗੀ ਜਨਾਨੀ ਕਿਹੋ ਜੇ ਉਹਨੂੰ ਲੱਗੇ, ਹਾਂ, ਬਾਈ ਕਦੇ ਵੀ ਉਹਨੇ ਬਾਹਰ ਨਿਕਲਣਾ ਨਾ, ਬਸ ਐ ਨਿਕਲਾ ਉਹ, ਹਾਂ, ਜਿਹੜੀ ਨੂੰ ਐਡੇ ਦੁੱਖ ਗਲਤ ਆਰੋਪ ਲਾਏ ਗਏ ਨੇ, ਹਾਂ, ਕੈਮਰੇ ਦੇ ਸਾਹਮਣੇ ਆਇਆ, ਜਿਸ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ। ਉਸਨੇ ਕਿਹਾ ਕਿ ਮੇਰੀ ਬੱਚੀ ਦਾ ਕਤਲ ਨਹੀਂ ਕੀਤਾ ਗਿਆ, ਬਲਕਿ ਉਸਦੇ ਸੱਪ ਲੜ ਗਿਆ ਸੀ, ਜਿਸ ਕਰਕੇ ਉਸਦੀ ਧੀ ਦੀ ਮੌਤ ਹੋਈ ਔਰ ਪਿੰਡ ਵਾਸੀਆਂ ਦੀ ਮੌਜੂਦਗੀ ਦੇ ਵਿੱਚ ਉਸਦੀ ਧੀ ਦਾ ਸੰਸਕਾਰ ਕੀਤਾ। ਇਸ ਮੌਕੇ ਉਹਨਾਂ ਨੇ ਪੁਲਿਸ ਤੇ ਵੀ ਗੰਭੀਰ ਇਲਜ਼ਾਮ ਲਾਏ ਨੇ। ਦਰਅਸਲ ਕੱਲ ਇਹ ਖਬਰ ਸਾਹਮਣੇ ਆਈ ਸੀ ਕਿ ਫੌਜ ਦੇ ਵਿੱਚ ਨੌਕਰੀ ਕਰਦੇ ਜਵਾਨ ਦੀ ਪਤਨੀ ਨੇ ਆਪਣੇ ਜੇਠ ਦੇ ਨਾਲ ਮਿਲ ਕੇ ਆਪਣੀ ਹੀ ਧੀ ਦਾ ਕਤਲ ਕੀਤਾ। ਤਾਂ ਹੁਣ ਉਹ ਫੌਜ ਦਾ ਜਵਾਨ ਸਾਹਮਣੇ ਆਇਆ, ਜਿਸ ਨੇ ਕਿਹਾ ਕਿ ਮੈਨੂੰ ਮੇਰੀ ਪਤਨੀ 'ਤੇ ਪੂਰਾ ਭਰੋਸਾ ਹੈ ਔਰ ਜਿਸ ਜੇਠ ਦੀ ਗੱਲ ਕਰਦੇ ਨੇ ਉਹ ਮੇਰੇ ਬਾਪ ਵਰਗਾ ਹੈ। ਤਾਂ ਲਗਾਤਾਰ ਇਲਜ਼ਾਮ ਨੇ ਜਿਹੜੇ ਬੱਚੀ ਦੀ ਮਾਂ 'ਤੇ ਲਗਾਏ ਗਏ ਸੀ ਕਿ ਉਸਨੇ ਆਪਣੇ ਪ੍ਰੇਮੀ ਜੇਠ ਦੇ ਨਾਲ ਮਿਲ ਕੇ ਆਪਣੀ ਧੀ ਦਾ ਕਤਲ ਕੀਤਾ ਸੀ। ਪਰ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਕਿ ਮਾਸੂਮ ਬੱਚੀ ਦਾ ਕਤਲ ਨਹੀਂ, ਸਗੋਂ ਉਸਨੂੰ ਸੱਪ ਨੇ ਡੱਸ ਲਿਆ ਸੀ, ਜਿਸ ਕਰਕੇ ਉਸਦੀ ਮੌਤ ਹੋਈ। ਮੋਹਾਲੀ ਦੇ ਪਿੰਡ ਸ਼ਾਮਪੁਰ ਦਾ ਇਹ ਪੂਰਾ ਮਾਮਲਾ ਸੀ। ਜਿਹੜੇ ਆਰੋਪ ਲੱਗ ਰਹੇ ਨੇ ਤੁਹਾਡੀ ਪਤਨੀ 'ਤੇ ਜਾਂ ਜੇਠ 'ਤੇ, ਉਹਨਾਂ ਬਾਰੇ ਤੁਸੀਂ ਕੀ ਕਹੋਗੇ? ਗਲਤ ਹੈ, ਮੇਰਾ ਵੱਡਾ ਭਰਾ ਮੇਰੇ ਬਾਪ ਵਰਗਾ ਜੀ, ਘਰ ਦੇ ਮੈਨੂੰ ਪਤਾ ਹੀ ਆ, ਠੀਕ ਹੈ, ਪਵਿੱਤਰ ਹੈ ਜੀ ਉਹ, ਇੱਦਾਂ ਦੀ ਕੋਈ ਗੱਲ ਨਹੀਂ, ਇਹ ਰੋਗ ਸਰਸਰ ਗਲਤ ਹੈ ਸਰ।
ਇਸ ਤੋਂ ਇਲਾਵਾ ਕੀ ਮਾਮਲਾ ਕੀ ਸੀਗਾ, ਥੋੜਾ ਜਿਹਾ ਦੱਸੋਗੇ ਕਿ ਵਾਕਈ ਕੋਈ ਮਤਲਬ ਬੱਚੀ ਨੂੰ ਮਾਰਿਆ ਗਿਆ ਜਾਂ ਫਿਰ ਬੱਚੀ ਨੂੰ ਸੱਪ ਲੜਿਆ ਸੀ? ਸੱਪ ਲੜਿਆ ਜੀ, ਬੱਚੀ ਦਾ ਸੱਪ ਲੜਿਆ ਜੀ, ਸਾਡੇ ਪਿੰਡ ਗਏ ਹੈ ਜੀ ਸੰਸਕਾਰ ਕਰਨ, ਸਾਡੇ ਸਾਹਮਣੇ ਸੰਸਕਾਰ ਸਾਡੇ ਸਾਹਮਣੇ ਬੱਚੀ ਵਾਸਤੇ ਮੈਂ ਕਿਹਾ ਸੀਗਾ ਮੇਰੇ ਕੁੜੀ ਦੇ ਬਾਪ ਉਹ ਤੇ ਮੈਂ ਬਰਾਬਰ ਹੀ ਹੈ ਜੀ, ਘਰ ਦੇ ਮੈਂ ਥੱਲੇ ਠੋਊਂਗਾ ਜੀ ਇੰਨੀ ਚੰਗੀ ਜਨਾਨੀ ਆਹ ਕਿਹੋ ਜੇ ਉਹਨੂੰ ਲੱਗੇ ਹਾਂ, ਔਰ ਬਾਈ ਕਦੇ ਵੀ ਉਹਨੇ ਬਾਹਰ ਨਿਕਲਣਾ ਨਾ, ਬਸ ਐ ਨਿਕਲਾ ਉਹ ਹਾਂ, ਜਿਹੜੀ ਨੂੰ ਐਡੇ ਦੁੱਖ ਗਲਤ ਰੂਪ ਲਾਏ ਗਏ ਨੇ, ਕਦੇ ਨੀ ਮਾੜੀ ਦੇਖੀ, ਕਦੇ ਨੀ ਬਾਈ ਗਲਤ ਦੇਖੀ ਬੇਟੇ, ਕਦੇ ਵੀ ਨੀ ਗਲਤ ਦੇਖਿਆ ਉਸਕਾ ਕੋਈ ਕਿਸੇ।